ਸ਼੍ਰੀਕਾਲ ਨਮਸਕਾਰ ਕਿੱਦਾਂ ਜੀ ਸਾਰੇ ਤੇ ਦੇਸੀ ਚੈਨਲ ਤੇ ਮੈਂ ਤੁਹਾਡੀ ਹੋਸਟ ਰੋਜ਼ਗਾਰ ਮਹਾਜਨ ਤੁਹਾਡਾ ਸਵਾਗਤ ਕਰਦੀ ਆ ਤੇ ਮੈਂ ਪਹੁੰਚੇ ਆ ਜੀ ਫਿਲਮ ਚੱਲ ਮੇਰਾ ਪੁੱਤੀ ਸਕਰੀਨਿੰਗ ਤੇ ਵੈਲ ਚੱਲ ਮੇਰਾ ਪੁੱਤੀ ਗੱਲ ਕਰੀਏ ਨਾ ਇਸ ਫਿਲਮ ਦੇ ਵਿੱਚ ਅਮਰਿੰਦਰ ਗਿੱਲ, ਸਿਮੀ ਚਾਹਲ, ਗੁਰਸ਼ਬ ਤੇ ਨਸਰਾਉਣਗੇ ਤੇ ਪਾਕਿਸਤਾਨ ਦੇ ਟੌਪ ਮੋਸਟ ਕਾਮੇਡੀਅਨ ਇਫਤਿਖਾਰ ਠਾਕੁਰ, ਨਸੀਰ, ਅਖਨੂ ਦਾਸ ਤੇ ਸਾਡੇ ਪੰਜਾਬੀ ਬੜੇ ਜਿਹੜੇ ਹਸਾਉਂਦੇ ਨੇ ਪਾਪਾ ਜੀ ਹਰਦੀਪ ਗਿੱਲ ਵੀ ਨਜ਼ਰ ਆਉਣਗੇ ਤੇ ਵੈਲ ਸਕਰੀਨਿੰਗ ਦੇ ਵਿੱਚ ਕਿਹੜਾ ਕਿਹੜਾ ਇੰਡਸਟਰੀ ਦਾ ਆਰਟਿਸਟ ਆਇਆ ਹੈਗਾ ਆ ਅਮਰਿੰਦਰ ਗਿੱਲ ਨੂੰ ਫਿਲਮ ਨੂੰ ਦੇਖਣ ਤੇ ਸਪੋਰਟ ਕਰਨ ਚੱਲਦੇ ਆ ਅੰਦਰ ਤੇ ਜਾਣਦੇ ਆ ਤੇ ਉਸ ਤੋਂ ਬਾਅਦ ਦੱਸਾਂਗੇ ਕਿ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗਦੀ ਹੈ। ਇੰਟਰਵਲ ਹੋ ਚੁੱਕੇ ਤੇ ਸਾਡੇ ਨਾਲ ਹੈਗੇ ਨੇ ਗੁਰਸ਼ਬਦ ਤੇ ਇਸ ਤਰ੍ਹਾਂ ਦਾ ਵਿਸਤਰਾ ਤਾਂ ਹੋ ਗਿਆ। ਹਾਂਜੀ ਲਿਸਟ ਮਿੱਤਰ ਹੋ ਗਿਆ ਜੀ। ਵੈਲ ਬਹੁਤ ਸੋਹਣੀ ਫਿਲਮ ਜਾ ਰਹੀ ਹੈਗੀ ਹੈ ਤੇ ਵੈਲ ਆਪਣਾ ਕਿਰਦਾਰ ਜਿਹੜਾ ਤੁਸੀਂ ਕੀਤਾ ਹੈਗਾ ਉਹਨੂੰ ਢਾਲਣ ਦੇ ਲਈ ਤੇ ਰੀਅਲ ਲਾਈਫ ਦੇ ਵਿੱਚ ਆਂਡਿਆਂ ਕਰਨ ਦੇ ਅੰਬਰਸਰੀਆਂ ਦੀ ਪਛਾਣ ਹੁੰਦੀ ਹੈਗੀ। ਕਿੰਨਾ ਮਜ਼ਾ ਫਿਲਮ ਦੇ ਦੌਰਾਨ ਹੈ? ਬਹੁਤ ਮਜ਼ਾ ਆਇਆ ਜੀ। ਸਾਡੇ ਬਹੁਤ ਸੀਨੀਅਰ ਐਕਟਰ ਦੂਜੇ ਪੰਜਾਬ 'ਚੋਂ ਇੱਥੋਂ, ਹਰਦੀਪ ਭਾਜੀ, ਅਮਰਿੰਦਰ ਭਾਜੀ, ਸਾਰਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਤੇ ਬਹੁਤ ਕੁਛ ਸਿੱਖਿਆ, ਬਹੁਤ ਕੁਛ ਸਿੱਖਿਆ ਕਿ ਕਿਉਂਕਿ ਉਹਨਾਂ ਨੂੰ ਮੈਂ ਹਮੇਸ਼ਾ ਛੋਟਿਆਂ ਤੋਂ ਅਸੀਂ ਉਹਨਾਂ ਨੂੰ ਡਰਾਮਿਆਂ 'ਚ ਵੇਖਦੇ ਆਏ ਹਾਂ ਅਤੇ ਉਹਨਾਂ ਨੂੰ ਜਦੋਂ ਮਿਲੇ ਤਾਂ ਇੱਕ ਅਲੱਗ ਫੀਲ ਸੀ ਅਤੇ ਇਹ ਸਾਂਝੇ ਪੰਜਾਬ ਦੀ ਫਿਲਮ ਆ ਅਤੇ ਉਹਦੀ ਤੁਸੀਂ ਵੇਖ ਰਹੇ ਹੋ ਸੋ ਹੋ ਸਕਦਾ ਪਸੰਦ ਆਉਂਦੀ ਹੋਊਗੀ। ਐਗਜੈਕਟਲੀ ਜਦੋਂ ਵੀ ਫਿਲਮ ਆਉਂਦੀ ਹੈ ਰਿਦਮ ਬੋਇਜ਼ ਇੰਟਰਟੇਨਮੈਂਟ ਦੀ ਤੁਹਾਡਾ ਕਿਰਦਾਰ ਇੱਕ ਐਸਾ ਹੁੰਦਾ ਹੈ ਜਿਹੜਾ ਭਾਵੇਂ ਵਿੱਚ ਘੱਟ ਹੋਵੇ ਬਟ ਉਹ ਲਾਈਮਲਾਈਟ ਜ਼ਰੂਰ ਲੈਂਦਾ ਹੈਗਾ, ਬਟ ਇਸ ਫਿਲਮ ਦੇ ਵਿੱਚ ਤੁਸੀਂ ਪੂਰੇ ਛਾਏ ਹੋਏ ਹੋ। ਥੈਂਕ ਯੂ ਜੀ। ਬਸ ਇਹ ਹੁੰਦਾ ਕਿ ਕਿਰਦਾਰ ਥੋੜ੍ਹਾ ਵਧੀਆ ਹੋ, ਮਤਲਬ ਛੋਟੇ ਟਾਈਮਿੰਗ ਦਾ ਕੋਈ ਨਹੀਂ ਡਿਪੈਂਡ ਕਰਦੀ ਹੁੰਦੀ, ਕਈ ਵਾਰੀ ਇੱਕ ਲਾਈਨ ਹੀ ਬਹੁਤ ਵਧੀਆ ਮਿਲ ਜਾਂਦੀ ਹੈ ਸੋ ਇਹ ਡਿਪੈਂਡ ਕਰਦਾ। ਮੈਂ ਸ਼ੁਕਰੀਆ ਕਰਦਾ ਵਾਂ ਰਾਕੇਸ਼ ਧਵਨ ਜੀ ਦਾ ਜਿਨ੍ਹਾਂ ਨੇ ਮੈਨੂੰ ਵਧੀਆ ਲਾਈਨਸ ਦਿੱਤੀਆਂ ਅਤੇ ਬਹੁਤ ਮਿਹਨਤ ਕੀਤੀ ਅਸੀਂ ਇਸ ਫਿਲਮ ਲਈ। ਆਸ ਕਰਦਾ ਸਭ ਨੂੰ ਪਸੰਦ ਆਊਗੀ। ਅਸੀਂ ਉਮੀਦ ਕਰਦੇ ਹਾਂ ਤੁਸੀਂ ਜਲਦੀ ਜਿਵੇਂ ਜਿਵੇਂ ਐਕਟਿੰਗ ਤੁਹਾਡੀ ਇਨਹਾਂਸ ਹੋਈ ਜਾ ਰਹੀ ਹੈ, ਡੇ ਬਾਏ ਡੇ ਵਧੀਆ ਹੋਈ ਜਾ ਰਹੀ ਹੈ, ਤੁਸੀਂ ਸੋਹਣੀਆਂ ਸੋਹਣੀਆਂ ਫਿਲਮਾਂ ਲੈ ਕੇ ਆਓ। ਫਿਲਮ ਤੋਂ ਬਾਅਦ ਮਿਲਦੇ ਹਾਂ, ਫਿਰ ਗੱਲਾਂ ਬਾਤਾਂ ਆਰਾਮ ਨਾਲ ਕਰਾਂਗੇ। ਜੀ ਥੈਂਕ ਯੂ, ਜ਼ਰੂਰ ਮਿਲਦੇ ਹਾਂ ਜੀ। ਥੈਂਕ ਯੂ। ਤੇ ਹੁਣ ਸਾਡੇ ਨਾਲ ਹੈਗੇ ਨੇ ਹਰੀਸ਼ ਵਰਮਾ ਜੀ, ਕਿਵੇਂ ਇੰਜੋਏ ਕਰ ਰਹੇ ਹੋ? ਬੜਾ ਮਜ਼ਾ ਆ ਰਿਹਾ, ਬਹੁਤ ਜ਼ਿਆਦਾ। ਅਸੀਂ ਨਾ ਤੁਹਾਨੂੰ ਮਿਸ ਕਰ ਰਹੇ ਕਿਉਂਕਿ ਰਿਦਮ ਵਾਇਜ਼ ਐਂਟਰਟੇਨਮੈਂਟ ਦੀ ਆਲਮੋਸਟ ਹਰ ਫਿਲਮ 'ਚ ਤੁਹਾਨੂੰ ਸਾਨੂੰ ਨਾ ਤੁਸੀਂ ਜ਼ਰੂਰ ਲੱਭ। ਓ ਸੋ ਨਾਈਸ। ਕੋਈ ਨਹੀਂ, ਆਪਣੀ ਫਿਲਮ ਹੈ, ਮਜ਼ਾ ਆ ਰਿਹਾ ਬਹੁਤ ਜ਼ਿਆਦਾ ਦੇਖ ਕੇ ਅਤੇ ਮੈਨੂੰ ਆਈ ਮੀਨ ਮੈਂ ਬਹੁਤ ਐਕਸਾਈਟਿਡ ਹਾਂ। ਹੁਣ ਫਸਟ ਹਾਫ ਨਜ਼ਾਰੇਦਾਰ ਆ, ਹੁਣ ਅੱਗੇ ਦੇਖਦੇ ਹਾਂ, ਅੱਗੇ ਉਸ ਤੋਂ ਵੀ ਜ਼ਿਆਦਾ ਨਜ਼ਾਰਾ ਆਉਣਾ 100% ਸ਼ੋਰ ਆ। ਇਹ ਫਿਲਮ ਅਮਰਿੰਦਰ ਗਿੱਲ ਜੀ ਦੀ ਨਾ ਜਿਹੜੀ ਆਈ ਹੈਗੀ ਹੈ, ਯੂਜਲੀ ਆਪਾਂ ਦੇਖਦੇ ਹਾਂ ਲਾਹੌਰ ਹੀ ਆਈ ਸੀਗੀ, ਪਾਕਿਸਤਾਨ ਦਾ ਜ਼ਿਕਰ ਸੀਗਾ, ਅੰਗਰੇਜ਼ ਆਈ ਸੀਗੀ ਉਹ 'ਚ ਵੀ ਸੀਗਾ, ਬਟ ਜਦੋਂ ਵੀ ਅਮਰਿੰਦਰ ਗਿੱਲ ਆਉਂਦੇ ਨੇ ਇੱਕ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉੱਧਰਲਾ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਅਤੇ ਇੱਧਰਲਾ ਪੰਜਾਬ ਹੈ ਕਿਤੇ ਇੱਕ ਹੋ ਜਾਣ। ਹਾਂ, ਕਿਉਂਕਿ ਅਮਰਿੰਦਰ ਗਿੱਲ ਭਾਜੀ ਹੋਰਾਂ ਦੀ ਸ਼ਖਸੀਅਤ ਹੀ ਇਹੋ ਜਿਹੀ ਹੈ ਕਿ ਉਹਨਾਂ ਨੂੰ ਇੱਥੇ ਵੀ ਉਨਾ ਹੀ ਪਿਆਰ ਮਿਲਦਾ ਅਤੇ ਬਾਹਰ ਵੀ ਉਨਾ ਹੀ ਪਿਆਰ ਮਿਲਦਾ। ਮੈਨੂੰ ਖੁਦ ਮੇਰੇ ਇੰਸਟਾਗ੍ਰਾਮ 'ਤੇ ਜਾਂ ਮੇਰੇ ਫੇਸਬੁੱਕ ਦੇ ਉੱਤੇ ਮੈਸੇਜ ਆਉਂਦੇ ਨੇ, ਉਸ 'ਚ ਬਕਾਇਦਾ ਮੈਂਸ਼ਨ ਕਰਦੇ ਲੋਕ ਕਿ ਅਮਰਿੰਦਰ ਭਾਈ ਨੂੰ ਸਾਡੀ ਸਤਿ ਸ਼੍ਰੀ ਅਕਾਲ ਬੁਲਾਇਓ, ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ, ਬਹੁਤ ਮੈਸੇਜਿਸ ਆਉਂਦੇ ਨੇ, ਆਈ ਸਵੇਅਰ। ਔਰ ਤੁਹਾਨੂੰ ਵੀ ਪਤਾ ਹੀ ਆਪਾਂ ਸਾਰੇ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਮਤਲਬ ਉਹਨਾਂ ਨੂੰ ਸਕਰੀਨ ਦੇ ਉੱਤੇ ਦੇਖਣਾ ਹੀ ਰੁੱਖ ਖਿੜ ਜਾਂਦੀ ਹੈ ਅਤੇ ਮਜ਼ਾ ਆ ਰਿਹਾ। ਪਰ ਆਪਣੇ ਆਪ ਨੂੰ ਮਿਸ ਕਰ ਰਹੇ ਹੋ ਨਾ, ਸੱਚ ਦੱਸਿਓ? ਹਾਂ, ਮੈਂ ਮਿਸ ਕਰ ਰਿਹਾ, ਮੈਂ ਵੀ ਪਾਰਟ ਹੈਗਾ ਹੀ ਹਾਂ, ਸਾਡੀ ਆਪਣੀ ਟੀਮ ਹੈ, ਸੋ ਆਈ ਐਮ ਇੰਜੋਇੰਗ। ਮਤਲਬ ਖੁਸ਼ੀ ਸਭ ਤੋਂ ਵੱਡੀ ਇਸ ਗੱਲ ਦੀ ਹੈ ਕਿ ਬਹੁਤ ਖੂਬਸੂਰਤ ਫਿਲਮ ਬਣ ਕੇ ਸਾਹਮਣੇ ਆਈ ਹੈ। ਔਰ ਇੱਕ ਵੱਖਰਾ ਫਲੇਵਰ ਹੈ ਪਾਕਿਸਤਾਨੀ ਆਰਟਿਸਟ ਨਸੀਰ ਹੋਰਾਂ ਦਾ, ਇਫਤਿਖਾਰ ਹੋਰਾਂ ਦਾ, ਇੱਕ ਅਲੱਗ ਫਲੇਵਰ ਫਿਲਮ ਦੇ ਵਿੱਚ। ਜੀ ਬਿਲਕੁਲ, 100% ਅਲੱਗ ਫਲੇਵਰ ਹੈ ਔਰ ਤਾਂਹੀਓ ਕਰਕੇ ਮਤਲਬ ਮੈਂ ਸੋਚ ਰਿਹਾ ਇੰਨੀ ਜਲਦੀ ਇਹ ਫਿਲਮ ਤਿਆਰ ਕੀਤੀ ਹੈ ਨਾ, ਹੁਣੇ ਅਸੀਂ ਇੱਕ ਫਿਲਮ ਖਤਮ ਕਰਕੇ ਹਟੇ ਅਤੇ ਨਾਲ ਹੀ ਆਪ ਬਣਾ ਕੇ ਪੇਸ਼ ਕਰਤੀ ਸਾਰਿਆਂ ਦੇ ਸਾਹਮਣੇ ਔਰ ਇੰਨੀ ਖੂਬਸੂਰਤ ਬਣਾਈ ਹੈ, ਇਹੀ ਕਮਾਲ ਹੈ ਰਿਦਮ ਬੋਇਜ਼ ਦਾ। ਅਮਰਿੰਦਰ ਗਿੱਲ ਦਾ, ਅਮਰਿੰਦਰ ਗਿੱਲ ਭਾਜੀ ਦਾ 100%। ਤੁਸੀਂ ਹੁਣ ਤੱਕ ਜਿੰਨੀ ਫਿਲਮ ਲਿਖੀ ਹੈ ਕਿੰਨੇ ਸਟਾਰਸ ਦੇ ਰਹੇ ਹੋ ਫਿਲਮ ਨੂੰ? ਕਿੰਨੇ ਸਟਾਰ? 5 out of 5, 100%। ਠੀਕ ਹੈ, ਅਸੀਂ ਉਮੀਦ ਕਰਦੇ ਤੁਸੀਂ ਵੀ ਜਲਦੀ ਹੁਣ ਦੁਬਾਰਾ ਫਿਲਮ ਲੈ ਕੇ ਆਓ, ਮੁੰਡਾ ਹੀ ਚਾਹੀਦਾ ਤੇ ਵਧੀਆ ਛਾ ਗਈ ਹੈ। ਮਿਹਰਬਾਨੀ ਮਿਹਰਬਾਨੀ, ਬਸ ਹੁਣ ਜਲਦੀ ਫਿਲਮ ਲੈ ਕੇ ਆਵਾਂਗੇ ਅਸੀਂ। ਉਹ ਹੁਣ ਬਸ ਸਲਾਹ ਕਰਨੀ ਹੈ ਭਾਜੀ ਹੋਰਾਂ ਨਾਲ। ਠੀਕ ਹੈ, ਥੈਂਕ ਯੂ ਸੋ ਮਚ ਫੋਰ ਟਾਕਿੰਗ ਟੂ ਅਸ। ਥੈਂਕ ਯੂ ਸੋ ਮਚ। ਹੁਣ ਸਾਡੇ ਨਾਲ ਹੈਗੇ ਨੇ ਜੀ ਕਰਮਜੀਤ ਅਨਮੋਲ ਜੀ, ਕਿੱਦਾਂ ਜੀ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬਹੁਤ ਵਧੀਆ। ਵੈਲ ਫਿਲਮ ਕਿੱਦਾਂ ਇੰਜੋਏ ਕਰ? ਬਹੁਤ ਵਧੀਆ ਜੀ, ਕਮਾਲ ਕਮਾਲ। ਪਾਕਿਸਤਾਨੀ ਆਰਟਿਸਟ ਦੀ ਕਾਮਿਕ ਟਾਈਮਿੰਗ ਇਜ਼ ਬ੍ਰਿਲੀਅੰਟ। ਬਿਲਕੁਲ ਜੀ, ਬੜੇ ਮੈਂ ਤਾਂ ਫੈਨ ਹਾਂ ਜੀ ਇਫਤਿਖਾਰ ਸਾਹਿਬ ਦਾ, ਠਾਕਰ ਸਾਹਿਬ ਨਾਲ ਵੈਸੇ ਵੀ ਪ੍ਰੇਮ ਹੈ ਸਾਡਾ, ਔਰ ਚਨਿਓਟੀ ਸਾਹਿਬ ਸਾਰੇ ਬਹੁਤ ਸਾਰੀ ਵਧੀਆ ਟੀਮ ਹੈ ਜੀ ਪਾਕਿਸਤਾਨੀ, ਔਰ ਬਹੁਤ ਦੋਨੋਂ ਪੰਜਾਬਾਂ ਨੇ ਮਿਲ ਕੇ ਬਹੁਤ ਹੀ ਇੱਕ ਖੂਬਸੂਰਤ ਫਿਲਮ ਬਣਾਈ। ਅਤੇ ਯੂਜਲੀ ਅਸੀਂ ਫਿਲਮਸ ਦੇਖਦੇ ਹਾਂ ਅਤੇ ਇੱਦਾਂ ਦਾ ਕੰਸੈਪਟ ਵੱਖਰਾ ਜਿਹਾ ਕੰਸੈਪਟ ਪਹਿਲੀ ਵਾਰੀ ਰਿਦਮ ਬੋਇਜ਼ ਐਂਟਰਟੇਨਮੈਂਟ ਇਹ ਲੈ ਕੇ ਆਈਏ ਕਿ ਪਾਕਿਸਤਾਨ ਦੇ ਆਰਟਿਸਟ ਇਨਵੋਲਵ ਕੀਤੇ। ਬਿਲਕੁਲ ਜੀ, ਬੜਾ ਵਧੀਆ ਲੱਗਿਆ ਕਿਉਂਕਿ ਸਾਡੀ ਬੋਲੀ ਇੱਕੋ ਹੈ, ਸਾਡਾ ਕਲਚਰ ਇੱਕੋ ਹੈ, ਹਰ ਤਰ੍ਹਾਂ ਮਤਲਬ ਸਭ ਕੁਛ ਸਾਡਾ ਸੱਭਿਆਚਾਰ ਸਾਂਝਾ, ਸੋ ਬੜੀ ਖੁਸ਼ੀ ਹੁੰਦੀ ਹੈ ਕਿ ਦੋਨਾਂ ਪੰਜਾਬਾਂ ਨੂੰ ਦੇਖ ਕੇ ਇਕੱਠੇ। ਅਤੇ ਹੁਣ ਸਾਡੇ ਨਾਲ ਹੈਗੇ ਨੇ ਜੀ ਜਗਦੀਪ ਸਿੱਧੂ ਜੀ, ਸਰ ਕਿੱਦਾਂ ਇੰਜੋਏ ਕਰ ਰਹੇ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ।
ਸਾਰੇ ਡਾਇਰੈਕਟਰ ਰਾਈਟਰ ਹੁਣ ਇਸ ਫਿਲਮ ਦੇ ਵਿੱਚ ਕੀ ਤੁਹਾਨੂੰ ਫੇਵਰੇਟ ਲੱਗਿਆ ਦਾ ਬੈਸਟ ਪਾਰਟ ਆਫ ਦਿਸ ਫਿਲਮ? ਬੈਸਟ ਪਾਰਟ ਤਾਂ ਇਹ ਹੈ ਜੀ, ਉਹ ਜਿਹੜੇ ਉੱਧਰ ਦੇ ਪਾਕਿਸਤਾਨ ਦੇ ਆਰਟਿਸਟ ਯੂਜ਼ ਕੀਤੇ ਹੈ ਮਤਲਬ ਇਹ ਫਿਲਮ ਦੇ ਵਿੱਚ, ਹੈ ਨਾ, ਤਾਂ ਬਹੁਤ ਵਧੀਆ ਹੈ ਉਹਨਾਂ ਦੀ ਕੋਮੇਡੀ, ਥੋੜ੍ਹੀ ਅੱਡ ਸਟਾਈਲ ਦੀ ਹੁੰਦੀ ਹੈ ਨਾ, ਔਰ ਉਹ ਇਸ ਮਾਮਲੇ ਸਾਡੇ ਤੋਂ ਬਹੁਤ ਬੈਟਰ ਹੈ ਨਾ, ਤਾਂ ਉਹ ਚੀਜ਼ ਇੱਕ ਨਵੀਂ ਦੇਖਣ ਨੂੰ ਮਿਲਦੀ, ਉਹ ਸਟਾਈਲ ਆਫ ਕੋਮੇਡੀ ਜਿਹੜਾ ਨਵੀਂ ਹੈ, ਪਹਿਲੀ ਵਾਰੀ ਕਿਸੇ ਪੰਜਾਬੀ ਫਿਲਮ 'ਚ ਆਇਆ। ਜੇ ਪ੍ਰੋਪਰ ਪੰਜਾਬੀ ਦੀ ਗੱਲ ਕਰੀਏ ਨਾ, ਤਾਂ ਉਹਨਾਂ ਨੇ ਜਿਹੜੇ ਪਾਕਿਸਤਾਨੀ ਆਰਟਿਸਟ ਉਹਨਾਂ ਨੇ ਵਰਡ ਯੂਜ਼ ਕੀਤੇ ਹੈ ਤਕਸੀਮ, ਜਿਹੜੇ ਯੂਜਲੀ ਜਿਹੜੇ ਟਿਪੀਕਲ ਪੰਜਾਬੀ ਦੇ ਲਫ਼ਜ਼ ਨੇ ਪਰ ਸਾਡੇ ਪੰਜਾਬ ਵਾਲੇ ਲੋਕ ਨਹੀਂ ਬੋਲਦੇ। ਉਹ ਐਕਚੁਅਲੀ ਕੁਛ ਵਰਡ ਇੱਧਰ ਹੈ ਜਿਹੜੇ ਇੱਧਰ ਬੋਲੇ ਜਾਂਦੇ ਉਹ ਨਹੀਂ ਬੋਲਦੇ, ਕੁਛ ਉੱਧਰ ਹੈ ਜਿਹੜੇ ਉਹ ਨਹੀਂ ਬੋਲਦੇ, ਸੋ ਉਹਨਾਂ ਦੇ ਥੋੜ੍ਹੇ ਜਿਹੇ ਕੁਛ ਸ਼ਬਦ ਮਤਲਬ ਉਹਨਾਂ ਦੀ ਉਰਦੂ ਮਿਕਸ ਹੁੰਦੀ ਉਹਨਾਂ ਦੀ ਪੰਜਾਬੀ 'ਚ, ਤਾਂ ਉਹ ਥੋੜ੍ਹੇ ਵਰਡ ਡਿਫਰੈਂਟ ਆ ਉਹਨਾਂ ਦੇ, ਸੋ ਤਾਂ ਕੋਈ ਆਪਣੇ ਕੋਲ ਵੀ ਹੈਗੇ ਜਿਹੜੇ ਉਹਨਾਂ ਕੋਲ ਹੈ ਨਹੀਂ ਹੈ। ਅਸੀਂ ਵਿਸ਼ ਕਰਦੇ ਹਾਂ ਕਿ ਇਸ ਫਿਲਮ ਨੂੰ ਵਧੀਆ ਰਿਸਪੌਂਸ ਮਿਲੇ ਅਤੇ ਜਗਦੀਪ ਸਿੱਧੂ ਹੋਰੀ ਵੀ ਜਲਦੀ ਫਿਲਮ ਲੈ ਕੇ ਆਉਣ। ਵੀ ਆਰ ਮਿਸਿੰਗ ਯੂ ਇਨ ਦਾ ਇੰਡਸਟਰੀ ਨਾਓ ਅਗੇਨ। ਕਿਸਮਤ 2 ਦੀ ਅਨਾਊਂਸਮੈਂਟ ਹੋ ਚੁੱਕੀ ਹੈ। ਹਾਂਜੀ, ਕਿਸਮਤ 2 ਦੀ ਅਨਾਊਂਸਮੈਂਟ ਹੋ ਚੁੱਕੀ ਹੈ। ਆਲ ਦਾ ਬੈਸਟ ਫਾਰ ਯੂਰ ਫਿਊਚਰ। ਥੈਂਕ ਯੂ ਸੋ ਮਚ। ਜੀ ਕਾਰਜ ਗਿੱਲ ਜੀ ਸਰ, ਕੰਗ੍ਰੈਚੁਲੇਸ਼ਨਸ ਫੋਰ ਦਾ ਵੰਡਰਫੁਲ ਫਿਲਮ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ। ਜਦੋਂ ਵੀ ਚੱਲ ਮੇਰਾ ਪੁੱਤ ਦਾ ਜ਼ਿਕਰ ਆਉਂਦਾ ਹੈ, ਪਹਿਲੀ ਗੱਲ ਜਦੋਂ ਅਨਾਊਂਸਮੈਂਟ ਹੋਈ ਬਹੁਤ ਹੀ ਸ਼ਾਰਟ ਪੀਰੀਅਡ 'ਚ ਪੂਰੀ ਫਿਲਮ ਕੰਪਲੀਟ ਹੋ ਗਈ, ਔਰ ਜਦੋਂ ਪੈਕੇਜ ਆਊਟ ਹੋਇਆ ਧਮਾਕਾ ਲੈ ਕੇ ਆ ਰਹੇ। ਹਾਂਜੀ, ਐਕਚੁਲੀ ਨਾ ਅਸੀਂ ਡੇਟ ਅਨਾਊਂਸ ਕੀਤੀ ਸੀ ਪਹਿਲਾਂ, ਅਤੇ ਪਹਿਲਾਂ ਇਹ ਫਿਲਮ ਪਹਿਲਾਂ ਸ਼ੂਟ ਹੋਣੀ ਸੀ, ਪਰ ਉਹ ਕੁਛ ਵਿੱਚ ਟੈਕਨੀਕਲ ਪ੍ਰੋਬਲਮਸ ਆ ਗਈਆਂ ਕੁਛ ਇੱਦਾਂ ਕਰਕੇ, ਤਾਂ ਫਿਲਮ ਸ਼ੂਟ ਨਹੀਂ ਹੋ ਪਾਈ। ਫਿਰ ਸਾਨੂੰ ਜਲਦੀ ਜਲਦੀ ਦੇ ਵਿੱਚ 2 ਮਹੀਨੇ ਦੇ ਵਿੱਚ ਸ਼ੂਟ ਕਰਕੇ ਰਿਲੀਜ਼ ਕਰਨੀ ਸੀ, ਤਾਂ ਕਰਕੇ ਥੋੜ੍ਹਾ ਜਿਹਾ ਉਹ ਹੋ ਗਿਆ ਸੀ। ਇੰਡੀਆ ਅਤੇ ਪਾਕਿਸਤਾਨ ਦਾ ਜ਼ਿਕਰ ਆਉਂਦਾ ਨਾ, ਹਮੇਸ਼ਾ ਨੈਗੇਟਿਵਿਟੀ ਹੀ ਹੁੰਦੀ ਹੈ ਜਦੋਂ ਕੋਈ ਫਿਲਮ ਦੇ ਵਿੱਚ ਵੀ ਹੋਵੇ, ਬਾਲੀਵੁੱਡ ਫਿਲਮ ਦੇ ਵਿੱਚ ਵੀ ਹੋਵੇ, ਤਾਂ ਸਾਰੇ ਕਹਿੰਦੇ ਇਸ ਫਿਲਮ ਨੂੰ ਬਾਈਕਾਟ ਕਰੋ। ਬਟ ਫਸਟ ਪੰਜਾਬੀ ਫਿਲਮ ਇੰਡੀਆ ਪਾਕਿਸਤਾਨ ਦਾ ਇੰਨਾ ਪਿਆਰਾ ਸੁਨੇਹਾ ਲੈ ਕੇ ਆਈ ਹੈ, ਜਿਹਨੂੰ ਹਰ ਪਾਸੇ ਸਪੋਰਟ ਮਿਲ ਰਹੀ ਹੈ। ਯੈਸ, ਇਹ ਵੀ ਆਰ ਬਲੈਸਡ ਕਿ ਇਹਨੂੰ ਹਰ ਪੰਜਾਬੀ ਨੇ ਇਹਨੂੰ ਸਾਨੂੰ ਮਾਣ ਦਿੱਤਾ, ਸਾਡੀ ਐਪਰੀਸ਼ੀਏਸ਼ਨ ਹੋਈ ਇਸ ਗੱਲ ਉੱਤੇ, ਹਰ ਪੰਜਾਬੀ ਨੇ ਇੱਥੇ ਸਟੈਂਪ ਲਾਈ ਹੈ ਕਿ ਨਹੀਂ ਆਪਾਂ ਸਾਰੇ ਇਕੱਠੇ ਹਾਂ, ਪੰਜਾਬੀ ਵੱਖ ਨਹੀਂ ਹੋ ਸਕਦੇ, ਸਾਨੂੰ ਜ਼ਬਰਦਸਤੀ ਵੱਖ ਕੀਤਾ ਗਿਆ ਵਾ, ਪਰ ਜਿਹੜਾ ਦਿਲ ਆ ਸਾਡਾ, ਸਾਡੀ ਬੋਲੀ ਇੱਕ ਆ, ਸਾਡਾ ਕਲਚਰ ਇੱਕ ਆ, ਸਾਡੇ ਰੀਤੀ ਰਿਵਾਜ਼ ਇੱਕ ਆ, ਸਾਡੇ ਰਿਸ਼ਤੇ ਵੀ ਇੱਕ ਆ, ਕਈ ਰਿਸ਼ਤੇ ਇੱਦਾਂ ਦੇ ਹਾਲੇ ਇੱਧਰ ਉੱਧਰ ਪਏ ਆ, ਵਿੱਚ ਦੀਵਾਰ ਬਣ ਗਈ ਆ, ਉਹ ਤਾਰ ਲੱਗ ਗਈ ਆ, ਪਰ ਹਾਲੇ ਬਾਕੀ ਚੀਜ਼ਾਂ ਤਾਂ ਸਾਂਝੀਆਂ ਤਾਂ ਪੂਰਾ ਹੀ ਨਹੀਂ ਹੁੰਦਾ ਪਾਕਿਸਤਾਨ ਦੇ ਪੰਜਾਬ ਦੇ, ਪਾਕਿਸਤਾਨ ਤੋਂ ਬਿਨਾਂ ਤਾਂ ਪੰਜਾਬ ਪੂਰਾ ਹੁੰਦਾ ਹੀ ਨਹੀਂ ਹੈ। ਅਤੇ ਜਦੋਂ ਇਹ ਫਿਲਮ ਦਾ ਤੁਹਾਡੇ ਕੋਲ ਕਨਸੈਪਟ ਆਇਆ ਸੀਗਾ, ਰਾਕੇਸ਼ ਧਵਨ ਜੀ ਨੇ ਲਿਖੀ ਹੋਈ ਹੈ ਫਿਲਮ, ਜਦੋਂ ਆਇਆ ਸੀਗਾ ਤਾਂ ਕਿੰਨਾ ਕੁ ਚੈਲੇਂਜਿੰਗ ਰਿਹਾ ਸੀਗਾ ਕਿ ਪਾਕਿਸਤਾਨੀ ਆਰਟਿਸਟ ਨੂੰ ਲੈਣਾ ਫਿਲਮ ਦੇ ਵਿੱਚ? ਇੱਕ ਪੋਜ਼ਿਟਿਵ ਨੈਗੇਟਿਵ ਥੋਟ ਨਾਲ ਨਾਲ ਚੱਲਦਾ ਹੀ ਹੋਊਗਾ ਕਿ ਯਾਰ ਲੋਕ ਅਸੈਪਟ ਕਰਨਗੇ ਕਿ ਨਹੀਂ ਕਰਨਗੇ। ਨਹੀਂ, ਇਹ ਮਾਇੰਡ 'ਚ ਖਿਆਲ ਨਹੀਂ ਆਇਆ ਸੀ ਕਿ ਲੋਕ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ, ਅਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ, ਔਰ ਮੈਨੂੰ ਲੱਗਦਾ ਸਾਨੂੰ ਵੈਸੇ ਪ੍ਰੋਬਲਮ ਨਹੀਂ ਆਈ ਕੋਈ ਵੀ ਫਿਲਮ ਰਿਲੀਜ਼ ਕਰਨ 'ਚ, ਜਾਂ ਉਹਨਾਂ ਨੂੰ ਕਰਨ, ਜਾਂ ਸਾਨੂੰ ਕੋਈ ਡਾਊਟ ਨਹੀਂ ਇਸ ਗੱਲ ਉੱਤੇ ਕਿ ਕੁਛ ਲੋਕ ਕੀ ਕਹਿਣਗੇ। ਸਾਨੂੰ ਪਤਾ ਸੀ ਲੋਕ ਪਿਆਰ ਕਰਦੇ ਆ, ਅਸੀਂ ਉਹਨਾਂ ਦਾ ਬੈਠ ਬੈਠ ਕੇ ਹਰ ਇੱਕ ਬੰਦੇ ਉਹਨਾਂ ਦੇ ਸਟੇਜ ਡਰਾਮੇ ਵੇਖਦੇ ਆ, ਉਹ ਸਾਡੀਆਂ ਫਿਲਮਾਂ ਵੇਖਦੇ ਆ, ਸਾਡੇ ਗਾਣੇ ਸੁਣਦੇ ਆ, ਅਸੀਂ ਉਹਨਾਂ ਦੇ ਗਾਣੇ ਸੁਣਦੇ ਹਾਂ, ਅਤੇ ਇੱਦਾਂ ਦਾ ਕੋਈ ਚੱਕਰ ਨਹੀਂ ਕਿ ਹੋਊਗਾ, ਪਰ ਹਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਫਿਲਮ ਦੇ ਵਿੱਚ, ਫਿਲਮ ਬਣਾਉਣ 'ਚ ਜਾਂ ਥੋਟ ਦੇ ਵਿੱਚ। ਹਾਂ, ਇੱਥੇ ਕੁਛ ਸਾਨੂੰ ਪਿਆਰ ਕਰਨ ਵਾਲੇ ਕੁਛ ਲੋਕ, ਕੁਝ ਲੋਕ ਹੀ ਨੇ, ਮੈਂ ਕਿਸੇ ਪ੍ਰੋਡਕਸ਼ਨ ਹਾਊਸ ਦਾ ਜਾਂ ਕਿਸੇ ਕੰਪਨੀ ਦਾ ਕਿਸੇ ਬੰਦੇ ਦਾ ਨਾਮ ਨਹੀਂ ਲੈਣਾ, ਜਿਨ੍ਹਾਂ ਵਿਚਾਰਿਆਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ, ਬਹੁਤ ਜ਼ੋਰ ਲਾਇਆ ਕਿ ਫਿਲਮ ਰਿਲੀਜ਼ ਨਾ ਹੋਵੇ ਕਿਸ ਤਰ੍ਹਾਂ, ਉਹ ਪ੍ਰੋਬਲਮ ਜ਼ਰੂਰ ਸਾਨੂੰ ਆਈਆਂ, ਪਰ ਰੱਬ ਨਾਲ ਸੀਗਾ ਉਹਨਾਂ ਨੇ, ਮਤਲਬ ਪਾਕ ਸੋਚ ਹੋਵੇ ਅਤੇ ਇੱਕ ਵਧੀਆ ਮੈਸੇਜ ਤੁਸੀਂ ਡਿਲੀਵਰ ਕਰਨਾ ਹੋਵੇ ਅਤੇ ਰੱਬ ਦੀ ਵੀ ਮਿਹਰ ਹੁੰਦੀ ਹੈ ਕਿ ਕੋਈ ਅੜਚਨ ਜੇ ਆਏ ਤਾਂ ਉਹਨੂੰ ਦੂਰ ਕਰ। ਬਿਲਕੁਲ ਬਿਲਕੁਲ, ਇਹ ਰੱਬ ਦੀ ਹੀ ਮਿਹਰ ਹੈ ਕਿ ਫਿਲਮ ਅੱਜ ਰਿਲੀਜ਼ ਹੋ ਗਈ ਆ, ਔਰ ਅੱਜ ਫਿਲਮ ਰਿਲੀਜ਼ ਹੋ ਗਈ ਆ, ਸਿਰਫ ਰਿਲੀਜ਼ ਨਹੀਂ ਹੋਈ, ਫਿਲਮ ਬਹੁਤ ਜ਼ਿਆਦਾ ਆਊਟਸਟੈਂਡਿੰਗ ਪਰਫੋਰਮ ਕਰ ਰਹੀ ਆ, ਈਵਨ ਉਹ ਇੰਡੀਆ 'ਚ ਹੀ ਨਹੀਂ, ਉਹ ਓਵਰਸੀਜ਼ ਵਿੱਚ ਵੀ ਇੰਨਾ ਜ਼ਿਆਦਾ ਪਰਫੋਰਮ ਕਰ ਰਹੀ ਆ। ਜੇ ਰੱਬ ਨੇ ਚਾਹਿਆ ਤਾਂ ਇੱਕ ਦੇ ਦਿਨ ਦੇ ਵਿੱਚ ਇਹ ਵੀ ਨਿਊਜ਼ ਦੇ ਦਾਂਗੇ ਕਿ ਪਾਕਿਸਤਾਨ ਦੇ ਵਿੱਚ ਵੀ ਪ੍ਰੋਪਰ ਤਰੀਕੇ ਨਾਲ ਰਿਲੀਜ਼ ਹੋ ਗਈ ਫਿਲਮ, ਇਸ ਕਰਕੇ ਰੱਬ ਦੀ ਮਿਹਰ ਹੀ ਆ। ਉਮੀਦ ਕਰਦੇ ਆ ਕਿ ਰੱਬ ਦੀ ਮਿਹਰ ਹਮੇਸ਼ਾ ਤੁਹਾਡੇ ਉੱਪਰ ਰਹੇ ਅਤੇ ਜਿਹੜੇ ਵੱਖਰੇ ਕਨਸੈਪਟ ਤੁਸੀਂ ਹਮੇਸ਼ਾ ਇੰਡਸਟਰੀ ਦੇ ਵਿੱਚ ਲੈ ਕੇ ਆਉਂਦੇ ਹੋ ਉੱਦਾਂ ਹੀ ਲੈ ਕੇ ਆਉਂਦੇ ਵੀ ਰਹੋ, ਜਿਹੜਾ ਸਾਡੇ ਲੋਕਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖ ਦੇਵੇ। ਬਿਲਕੁਲ ਬਿਲਕੁਲ, ਇੱਕ ਜਿਹੜੀ ਪੋਜ਼ਿਟਿਵਿਟੀ ਰਹਿਣੀ ਚਾਹੀਦੀ ਆ ਉਹ ਸਾਡੀ ਐਂਡ ਤੱਕ ਕੋਸ਼ਿਸ਼ ਰਹੂਗੀ, ਉਹ ਕਿਸੇ ਵੀ ਮੁੱਦੇ 'ਤੇ ਹੋਵੇ, ਚਾਹੇ ਉਹ ਇੰਡੀਆ ਪਾਕਿਸਤਾਨ 'ਤੇ ਆ, ਚਾਹੇ ਉਹ ਪੰਜਾਬ 'ਤੇ ਆ, ਚਾਹੇ ਕਿਸੇ ਰਿਸ਼ਤਿਆਂ 'ਤੇ ਆ, ਚਾਹੇ ਕਿਸੇ, ਕਿ ਇੱਕ ਫਿਲਮ 'ਚ ਪੋਜ਼ਿਟਿਵਿਟੀ ਜਿਹੜੀ ਆ ਉਹ ਰਹਿਣੀ ਚਾਹੀਦੀ ਆ, ਉਹ ਅਸੀਂ ਟਰਾਈ ਕਰਦੇ ਰਹਾਂਗੇ।
much for talking to us and congratulations for the wonderful film. Thank you very much. Thank you. Film khatam hon to baad na si phad le gushab nu hun chal mere putt dass kitna lagi film apni ਪੁੱਤ ਨੂੰ ਬਹੁਤ ਵਧੀਆ ਲੱਗੀ ਫਿਲਮ ਦੀ ਸਾਨੂੰ ਤਾਂ ਸਾਡੀ ਜਿੰਨੀ ਕੋਸ਼ਿਸ਼ ਸੀ ਕਿ ਲੋਕਾਂ ਨੂੰ ਕਿਉਂਕਿ ਅੱਜ ਨਾ ਅੱਜ ਕੱਲ੍ਹ ਨਾ ਜ਼ਿੰਦਗੀ 'ਚ ਸਟ੍ਰੈਸ ਬਹੁਤ ਆ ਸੋ ਲੋਕ ਫਿਲਮ ਵੇਖਣ ਆਉਂਦੇ ਆਪਣਾ ਸਟ੍ਰੈਸ ਖਤਮ ਕਰਨ ਲਈ ਸੋ ਸਾਡੀ ਕੋਸ਼ਿਸ਼ ਹੋ ਸਕਦਾ ਕਾਮਯਾਬ ਹੋਈ ਕਿਉਂਕਿ ਮੈਨੂੰ ਹਾਲ 'ਚ ਬੜਾ ਮਜ਼ਾ ਆ ਰਿਹਾ ਜੋ ਸਾਰੇ ਤਾੜੀਆਂ ਮਾਰ ਰਹੇ ਸੀ ਔਰ ਦੂਸਰੀ ਗੱਲ ਅਸੀਂ ਪੰਜਾਬ ਦੀ ਸਾਂਝ ਦੀ ਗੱਲ ਕੀਤੀ ਆ ਪੰਜਾਬ ਦੀ ਸਾਂਝ ਵਿਖਾਉਣੀ ਬੜੀ ਜ਼ਰੂਰੀ ਹੈ ਜਿਵੇਂ ਕਿ ਫਿਲਮ 'ਚ ਡਾਇਲੋਗ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ 'ਚ ਖਿੱਚ ਰਹਿਣੀ ਜ਼ਰੂਰੀ ਹੈ ਸੋ ਇੱਕ ਉਹਦੇ ਲਈ ਸੀ ਇੱਕ ਅਸੀਂ ਅਲੱਗ ਅਲੱਗ ਲੈਂਗੁਏਜ ਡਾਇਲੈਕਟਸ ਜਿੰਨੇ ਵੀ ਸਾਡੇ ਡਾਇਲੈਕਟਸ ਨੇ ਅਲੱਗ ਅਲੱਗ ਉਹ ਯੂਜ਼ ਕੀਤੇ ਫਿਲਮ 'ਚ ਫੈਸਲਾਬਾਦ ਲਾਹੌਰ ਅੰਮ੍ਰਿਤਸਰ ਬਟਾਲਾ ਐਂਡ ਜਲੰਧਰ ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਲਾ ਕੇ ਪੇਸ਼ ਕੀਤਾ ਪਾਕਿਸਤਾਨ ਅਤੇ ਇੰਡੀਆ ਦੀ ਗੱਲ ਆਉਂਦੀ ਹੈ ਨਾ ਲੋਕ ਈਜ਼ੀਲੀ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਪਾਉਂਦੇ ਕਿ ਕੋਈ ਇੱਦਾਂ ਦੀ ਫਿਲਮ ਆਵੇ ਤੁਹਾਨੂੰ ਤੁਸੀਂ ਤਾਂ ਉੱਥੇ ਰਹੇ ਹੋ ਪਾਕਿਸਤਾਨੀ ਆਰਟਿਸਟ ਨਾਲ ਕੰਮ ਕਰਕੇ ਤੁਹਾਨੂੰ ਕਿਤੇ ਵੀ ਫੀਲ ਨਹੀਂ ਹੋਇਆ ਹੋਏਗਾ ਕਿ ਅਸੀਂ ਅਲੱਗ ਹਾਂ ਬਟ ਫਿਰ ਵੀ ਜਦੋਂ ਗੱਲ ਆਉਂਦੀ ਹੈ ਅਸੀਂ ਮੈਚ ਹੀ ਹੋ ਜਾਏ ਸਾਡਾ ਇੰਡੀਆ ਪਾਕਿਸਤਾਨ ਦਾ ਦੁਸ਼ਮਣੀਆਂ 'ਤੇ ਆ ਜਾਂਦੇ ਹੋ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਇੱਦੀ ਕੋਈ ਗੱਲ ਹੈ ਨਹੀਂ ਜਿੱਡੀ ਅਸੀਂ ਬਣਾਈ ਬੈਠੇ ਹਾਂ ਕਿਉਂਕਿ ਸਾਡਾ ਤਾਂ ਰਿਸ਼ਤਾ 5000 ਸਾਲ ਪੁਰਾਣਾ ਸਾਡਾ ਰਿਸ਼ਤਾ ਤਾਂ ਬੜਾ ਪੁਰਾਣਾ ਹੈ ਅਸੀਂ ਤਾਂ ਇਕੱਠੇ ਹੋ ਕੇ ਫੌਜਾਂ ਨਾਲ ਲੜਦੇ ਰਹੇ ਹਾਂ ਪਰ ਸਾਨੂੰ ਇਹ ਤਾਂ ਉਹੀ ਫਿਲਮ 'ਚ ਵੀ ਕਿਹਾ ਸੀ ਕਿ ਮਤਲਬ ਕਿ ਪੰਜਾਬ ਇੱਕ ਆ ਪੰਜਾਬ ਦੀ ਜਿਹੜੀ ਸਾਂਝ ਆ ਅਸੀਂ ਭਰਾ ਹਾਂ ਸੋ ਅਸੀਂ ਵੱਖ ਨਹੀਂ ਹਾਂ ਸੋ ਇੰਡੀਆ ਪਾਕਿਸਤਾਨ ਨੂੰ ਪਰਾਂ ਜਿਹੜਾ ਸਾਊਥ 'ਚ ਬੈਠਾ ਹੋਊਗਾ ਉਹਨੂੰ ਲੱਗਦਾ ਇੰਡੀਆ ਪਾਕਿਸਤਾਨ ਅਸੀਂ ਤਾਂ ਬਿਲਕੁਲ ਲਾਗੇ ਬੈਠੇ ਹਾਂ ਸਾਡੇ ਤਾਂ ਪਿੰਡ ਸਾਂਝੇ ਸਾਡੇ ਅਸੀਂ ਤਾਂ ਆਪ ਉੱਥੋਂ ਆਏ ਹਾਂ ਸਾਨੂੰ ਕੁਛ ਨਹੀਂ ਪਤਾ ਅਸੀਂ ਤਾਂ ਹਮੇਸ਼ਾ ਸਾਂਝ ਦੀ ਗੱਲ ਕਰਾਂਗੇ ਅਤੇ ਕਰਦੇ ਰਹਾਂਗੇ ਅਸੀਂ ਉਮੀਦ ਕਰਦੇ ਹਾਂ ਕਿ ਚੱਲ ਮੇਰਾ ਪੁੱਤ ਤੋਂ ਬਾਅਦ ਉਹਨਾਂ ਇਹ ਸਾਡਾ ਪੁੱਤ ਨਾ ਦੁਬਾਰਾ ਕੋਈ ਸੋਹਣੀ ਜਿਹੀ ਫਿਲਮ ਲੈ ਕੇ ਆਵੇ ਬਸ ਜੀ ਹੁਣ ਪੁੱਤ ਨੂੰ ਮੌਕਾ ਮਿਲਣਾ ਚਾਹੀਦਾ ਅਸੀਂ ਵੀ ਚੱਲ ਮੇਰਾ ਪੁੱਤ ਕਹਿ ਦੇਣਾ ਬਸ ਥੈਂਕ ਯੂ ਸੋ ਮਚ ਅਤੇ ਸਾਡੇ ਨਾਲ ਹੈਗੇ ਨੇ ਜੀ ਅਮਰਦੀਪ ਸਿੰਘ ਸਰ ਫਿਲਮ ਪੂਰੀ ਦੇਖ ਲਈ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਇੱਕ ਸ਼ਬਦ 'ਚ ਮੈਂ ਤਾਂ ਇੱਕ ਦਿਨ 'ਚ ਦੋ ਵਾਰੀ ਵੇਖ ਲਈ ਜੀ ਸੋ ਮੇਰਾ ਫਿਰ ਮਨ ਹੈ ਮੈਂ ਦੁਬਾਰਾ ਫਿਰ ਵੇਖ ਸਕਦਾ ਇੰਨੀ ਸੋਹਣੀ ਫਿਲਮ ਆ ਕਿਦਾਂ ਬੋਇਜ਼ ਐਂਟਰਟੇਨਮੈਂਟ ਨੂੰ ਤੁਸੀਂ ਹਮੇਸ਼ਾ ਤੋਂ ਹਿੱਸਾ ਰਹੇ ਹੋ ਉਹਨਾਂ ਨਾਲ ਕੰਮ ਕਰਕੇ ਕਿਦਾਂ ਦਾ ਐਕਸਪੀਰੀਅੰਸ ਤੁਹਾਨੂੰ ਮਿਲਦਾ ਔਰ ਇੰਨਾ ਵੱਖਰਾ ਕਨਸੈਪਟ ਇੰਡਸਟਰੀ 'ਚ ਲੈ ਕੇ ਆਉਣਾ ਦੋਨਾਂ ਮੁਲਕਾਂ ਨੂੰ ਦਿਖਾਉਣਾ ਕਾਫੀ ਚੈਲੇਂਜਿੰਗ ਸੀਗਾ ਕਿਉਂਕਿ ਲੋਕ ਅਗੇਂਸਟ ਬਹੁਤ ਜਾਂਦੇ ਨੇ ਜਦੋਂ ਇੰਡੀਆ ਪਾਕਿਸਤਾਨ ਦੀ ਗੱਲ ਆਉਂਦੀ ਹੈ ਨਹੀਂ ਬਿਲਕੁਲ ਜੀ ਕਾਫੀ ਕਿਉਂਕਿ ਪਿੱਛੇ ਹਾਲਾਤ ਵੀ ਕਾਫੀ ਖਰਾਬ ਸਨ ਬਟ ਮੈਂ ਰਿਦਮ ਬੋਇਜ਼ ਕਾਰਜ ਭਾਅ ਜੀ ਅਮਰਿੰਦਰ ਭਾਅ ਜੀ ਇਹਨਾਂ ਨੂੰ ਪੂਰਾ ਕ੍ਰੈਡਿਟ ਤੇ ਵਧਾਈ ਹੈ ਕਿ ਉਹਨਾਂ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਔਰ ਬਹੁਤ ਲੋਕ ਸਨ ਜੋ ਚਾਹੁੰਦੇ ਸੀ ਕਿ ਇਹੋ ਜਿਹਾ ਨਾ ਹੋਵੇ ਅਤੇ ਉਹਦੇ ਅਗੇਂਸਟ ਜਾ ਕੇ ਹਿੰਮਤ ਕਰਕੇ ਇੱਕ ਦੂਜੇ ਨੂੰ ਚੱਲ ਮੇਰਾ ਪੁੱਤ ਕਹਿ ਕੇ ਅਤੇ ਇੰਨੀ ਸੋਹਣੀ ਫਿਲਮ ਬਣਾਈ ਤੁਹਾਨੂੰ ਲਾਈਫ 'ਚ ਕੌਣ ਕਹਿੰਦਾ ਚੱਲ ਮੇਰਾ ਪੁੱਤ ਆ ਵੀ ਕਹਿਣਾ ਪੈਂਦਾ ਕਿਉਂਕਿ ਜਿੰਨਾ ਆਲਸ ਕਈ ਵਾਰੀ ਹੋ ਜਾਂਦਾ ਕੰਮ ਕਰ ਲੈ ਗਿਆ ਫਿਰ ਆਪ ਨੂੰ ਕਹਿਣਾ ਪੈਂਦਾ ਚੱਲ ਉੱਠ ਮੇਰੇ ਪੁੱਤ ਤਾਂ ਅਸੀਂ ਵਿਸ਼ ਕਰਦੇ ਹਾਂ ਕਿ ਤੁਹਾਡਾ ਵੀ ਨਾ ਚੱਲ ਮੇਰੇ ਪੁੱਤ ਦਾ ਕਾਰਵਾਂ ਚੱਲਦਾ ਰਹੇ ਅਤੇ ਤੁਸੀਂ ਇਸ ਫਿਲਮ ਨੂੰ ਕਿੰਨੇ ਸਟਾਰਸ ਦੇ ਰਹੇ ਹੋ 5 'ਚੋਂ ਮੈਂ ਇਸ ਨੂੰ 5 ਮਤਲਬ 100 ਕਿਉਂਕਿ ਇਹ 10 ਸਟਾਰ ਵਾਲੀ ਫਿਲਮ ਹੈ 5 ਆਪਣੇ ਆਰਟਿਸਟਾਂ ਦੇ 5 ਉੱਧਰ ਲਿਆਂਦੇ ਸੋ ਟੋਟਲ 10 ਕਿਤੇ ਵੀ ਫੀਲ ਨਹੀਂ ਹੋਇਆ ਕਿ ਉਹ ਲੋਕ ਸਾਡੀ ਇੰਡਸਟਰੀ ਵਿੱਚ ਨਵੇਂ ਆ ਰਹੇ ਨੇ ਐਕਚੁਅਲੀ ਦੇਖੋ ਨਾ ਪੰਜਾਬ ਇੱਕ ਹੀ ਸੀਗਾ ਲੈਂਗੁਏਜ ਭਾਸ਼ਾ ਇੱਕ ਹੈ ਤੁਸੀਂ ਪਰਦੇ ਪਿੱਛੇ ਖੜੇ ਕਰਕੇ ਉਹਨਾਂ ਨੂੰ ਬੁਲਾ ਲਓ ਅਤੇ ਸਾਨੂੰ ਬੁਲਾ ਲਓ ਅਤੇ ਪਤਾ ਹੀ ਲੱਗੇਗਾ ਕੌਣ ਕਿੱਧਰਲੇ ਪੰਜਾਬ ਤੋਂ ਹੈ ਸੋ ਉਹ ਕਦੇ ਲੱਗ ਵੀ ਨਹੀਂ ਸਕਦਾ ਕਿ ਕੁਛ ਅਲੱਗ ਹੋ ਰਿਹਾ ਇਹ ਤਾਂ ਬਸ ਇਹ ਹੈ ਕਿ ਪਹਿਲੀ ਵਾਰੀ ਹੋ ਰਿਹਾ ਇਹ ਇੱਕ ਐਫਰਟ ਹੈ ਇਹਦੀ ਸਰਾਹਣਾ ਬਣਦੀ ਹੈ ਔਰ ਮੈਨੂੰ ਲੱਗਦਾ ਕਿ ਅੱਗੇ ਵੀ ਬਹੁਤ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਅਤੇ ਹੁਣ ਤੁਸੀਂ ਕਦੋਂ ਵਾਪਸ ਲੈ ਕੇ ਆ ਰਹੇ ਹੋ ਇੱਕ ਫਿਲਮ ਮੈਂ ਅਲੱਗ ਅਲੱਗ ਨੇ ਇੱਕ ਮੇਰੀ ਜੋੜੀ ਸ਼ੁਰੂ ਹੋਣੀ ਹੈ ਦਲਜੀਤ ਭਾਈ ਨਾਲ ਉਹ ਹੈਗੀ ਆ ਅਕਤੂਬਰ 'ਚ ਫਸਟ ਵੀਕ ਸੋ ਉਹਦੀ ਤਿਆਰੀ ਆ ਉਮੀਦ ਕਰਦੇ ਹਾਂ ਤੁਹਾਡੀ ਫਿਲਮ ਜਲਦੀ ਆਏ ਜੋੜੀ ਅਤੇ ਕਾਫੀ ਜੋੜੀਆਂ ਨਾਲ ਮਿਲਾਪ ਕਰਾ ਦਿਓ ਕੰਗਰੈਚੁਲੇਸ਼ਨ ਐਂਡ ਆਲ ਦਾ ਬੈਸਟ ਫੋਰ ਯੋਰ ਫਿਊਚਰ ਥੈਂਕ ਯੂ ਸੋ ਮਚ ਅਤੇ ਹੁਣ ਸਾਡੇ ਨਾਲ ਹੈਗੇ ਨੇ ਮਹਿਤਾਬ ਵਿਰਕ ਅਤੇ ਸਰ ਕਿੱਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਫਿਲਮ ਬਹੁਤ ਵਧੀਆ ਪ੍ਰੋਜੈਕਟ ਅਤੇ ਸਾਰੀ ਟੀਮ ਨੂੰ ਸਾਡੇ ਭਰਾਵਾਂ ਨੂੰ ਡਾਇਰੈਕਟਰ ਸਾਹਿਬ ਨੂੰ ਜਗਜੋਤ ਸਿੰਘ ਜੀ ਨੂੰ ਅਤੇ ਪ੍ਰੋਡਿਊਸਰ ਸਾਹਿਬ ਕਾਰਜ ਭਾਅ ਜੀ ਨੂੰ ਅਮਰਿੰਦਰ ਭਾਅ ਜੀ ਨੂੰ ਅਤੇ ਗੁਰਸ਼ਬਦ ਵੀਰਾ ਸਾਰਾ ਪਰਿਵਾਰ ਅਤੇ ਵਧੀਆ ਮੈਸੇਜ ਇਹ ਕਿ ਦੋਵੇਂ ਪੰਜਾਬ ਇੱਧਰ ਵਾਲਾ ਪੰਜਾਬ ਅਤੇ ਪਰਲਾ ਪੰਜਾਬ ਇਕੱਠੇ ਹੋ ਕੇ ਐਡੀ ਵੱਡੀ ਸਿਨੇਮਾ ਇੰਨੀ ਵੱਡੀ ਸਕਰੀਨ 'ਤੇ ਨਜ਼ਰ ਆਏ ਸੋ ਦੇਖ ਕੇ ਬਹੁਤ ਖੁਸ਼ੀ ਹੋਈ ਅਤੇ ਬੜਾ ਵਧੀਆ ਲੱਗਿਆ ਤੁਸੀਂ ਪਹਿਲਾਂ ਕਿ ਪਾਕਿਸਤਾਨੀ ਡਰਾਮੇ ਦੇਖੇ ਸੀਗੇ ਮੈਂ ਤਾਂ ਆਲਮੋਸਟ ਦੇਖ ਰਹਾ ਹੁੰਦਾ ਮੈਂ ਤਾਂ ਕੱਲ੍ਹ ਵੀ ਰਾਤ ਦੇਖ ਰਿਹਾ ਸੀ ਨਵਾਂ ਡਰਾਮਾ ਆਇਆ ਨਾਸਰ ਸਾਹਿਬ ਦਾ ਸੋ ਬੜਾ ਵਧੀਆ ਲੱਗਿਆ ਬੜਾ ਇੰਜੋਏ ਕੀਤਾ ਅਤੇ ਜਿਹੜੇ ਆਪਣੇ ਪਾਕਿਸਤਾਨ ਦੇ ਜਿੰਨੇ ਵੀ ਆਰਟਿਸਟ ਨੇ ਅਜੇ ਤਾਂ 4 ਹੀ ਆਏ ਆ ਮੈਂ ਕਹਿੰਦਾ ਹੋਰ ਵੀ ਆਉਣ ਜਿਹੜੇ ਬਚਦੇ ਆ ਸੋ ਫਿਰ ਹੋ ਸਕਦਾ ਕਿ ਇਸ ਚੀਜ਼ ਨੂੰ ਆਪਾਂ ਹੋਰ 10 ਗੁਣਾ ਵੱਡੀ ਚੀਜ਼ ਬਣਾ ਸਕੀਏ ਸੋ ਇੱਦਾਂ ਦੇ ਉਦੋਂ ਇੱਦਾਂ ਦੇ ਮੈਸੇਜ ਤੁਸੀਂ ਦੇਖੋ ਹੱਸਦੇ ਵੀ ਸੀ ਆਪਾਂ ਰੋਂਦੇ ਵੀ ਸੀ ਵਿੱਚ ਇਮੋਸ਼ਨਲ ਵੀ ਹੁੰਦੇ ਸੀ ਸੋ ਇਹ ਚੀਜ਼ਾਂ ਜ਼ਰੂਰੀ ਨੇ ਮੈਨੂੰ ਲੱਗਦਾ ਅਤੇ ਹੋਰ ਵੀ ਬਣਨੀਆਂ ਚਾਹੀਦੀਆਂ ਨੇ ਇੱਦਾਂ ਦੀਆਂ ਚੀਜ਼ਾਂ ਮੈਸੇਜ ਮਿਲੇ ਕਿ ਜਿਹੜੇ ਲੋਕ ਸਾਡੇ ਮੁਲਕਾਂ ਨੂੰ ਅੱਡ ਕਰਦੇ ਨੇ ਉਹਨਾਂ ਦੇ ਮੂੰਹ ਟੁੱਟ ਜਾਣ ਹਾਂ ਜਿਹੜੇ ਕੋਸ਼ਿਸ਼ ਕਰਦੇ ਉਹਨਾਂ ਨੂੰ ਚਪੇਟ ਵੱਜੇ ਆਪਾਂ ਇਹ ਕਹਿ ਸਕਦੇ ਹਾਂ ਪੰਜਾਬੀ 'ਚ ਸੋ ਬੜਾ ਵਧੀਆ ਉਪਰਾਲਾ ਜੀ
ਹੋਰ ਵੀ ਫਿਲਮਾਂ ਬਣਨ, ਹੋਰ ਵੀ ਇੱਦਾਂ ਦੇ ਮੈਸੇਜ ਮਿਲਣ ਸਾਨੂੰ। ਸੋ ਗੁੱਡ ਲੱਕ ਐਂਡ ਕੰਗ੍ਰੈਚੁਲੇਸ਼ਨ। ਚੱਲ ਮੇਰਾ ਪੁੱਤ, ਮੈਂ ਤਾਂ ਵਿਰਕ ਚੱਲ ਮੇਰਾ ਪੁੱਤ ਕਦੋਂ ਫਿਲਮਾਂ 'ਚ ਆ ਰਿਹਾ? ਬਸ ਚੱਲ ਮੇਰਾ ਪੁੱਤ ਜਲਦੀ ਆ ਰਿਹਾ। ਸੋ ਤਿਆਰੀ ਉਹਦੇ ਪ੍ਰੋਜੈਕਟ 'ਤੇ ਚੱਲ ਰਹੀ ਹੈ, ਸੋ ਜਲਦੀ ਅਨਾਊਂਸਮੈਂਟ ਕਰਾਂਗੇ ਆਪਾਂ। ਮੈਂ ਉਡੀਕ ਸੀਗੀ ਵੀ ਮੈਂ ਚੰਗੇ ਸਬਜੈਕਟ ਦੇ ਨਾਲ ਚੰਗੀ ਟੀਮ ਦੇ ਨਾਲ ਆਵਾਂ, ਸੋ ਉਸਦੇ ਲਈ ਮੈਂ ਇੰਤਜ਼ਾਰ ਕੀਤਾ। ਸੋ ਮੈਨੂੰ ਲੱਗਦਾ ਉਹ ਘੜੀਆਂ ਜਲਦੀ। ਕਨਸੈਪਟ ਅਤੇ ਚੰਗੀ ਟੀਮ ਕਿਹੜੀ ਹੈ? ਇਹ ਚੰਗਾ ਕਨਸੈਪਟ ਮੈਨੂੰ ਬੜਾ ਸੁਣ ਕੇ ਵਧੀਆ ਲੱਗਿਆ, ਇੱਕ ਪਰਿਵਾਰਕ ਲੱਗਿਆ। ਅਤੇ ਚੰਗੀ ਟੀਮ ਬਨਵੈਦ ਫਿਲਮਸ ਦੇ ਅੰਡਰ ਇਹ ਅਸੀਂ ਪ੍ਰੋਜੈਕਟ ਕਰਨ ਜਾ ਰਹੇ, ਜਿਨ੍ਹਾਂ ਨੇ ਪ੍ਰਾਹੁਣਾ ਫਿਲਮ ਕੀਤੀ ਸੀ। ਸੋ ਮੈਂ ਗੈਸਟ ਅਪੀਅਰੈਂਸ ਆਇਆ ਸੀ ਉਹਦੇ ਵਿੱਚ, ਹੁਣ ਮੈਂ ਪ੍ਰੋਪਰ ਮੇਨ ਰੋਲ 'ਤੇ ਆ ਰਿਹਾ। ਹਾਂ, ਆ ਰਿਹਾ ਪੂਰੀ। ਹਾਂ, ਸੋ ਤੁਹਾਡਾ ਪਿਆਰ ਚਾਹੀਦਾ, ਤਾਂ ਤੁਹਾਡੀ ਸਪੋਰਟ ਚਾਹੀਦੀ, ਵਧੀਆ ਕਰਾਂਗੇ। ਸਾਡੀ ਸਪੋਰਟ ਹਮੇਸ਼ਾ ਤੁਹਾਡੇ ਨਾਲ ਹੈ। ਅਤੇ ਅਸੀਂ ਚਾਹੁੰਦੇ ਕਿ ਹੁਣ ਜਿਹੜੇ ਸਿੰਗਰਸ ਨੇ ਧਾਕ ਪਾਈ ਹੋਈ ਹੈ ਨਾ ਐਕਟਿੰਗ ਦੇ ਫੀਲਡ ਵਿੱਚ, ਸਾਰੇ ਸਿੰਗਰਸ ਹੀ ਨੇ ਐਕਟਿੰਗ ਵਿੱਚ, ਅਤੇ ਹੁਣ ਇਹ ਵੀ ਸਿੰਗਰ ਨਾ ਵਿੱਚ ਆ ਜਾਵੇ ਤਾਂ ਨਹੀਂ ਨਹੀਂ ਬੜਾ ਪਿਆਰ ਮਿਲਦਾ, ਗੀਤਾਂ ਨੂੰ ਬੜਾ ਪਿਆਰ ਮਿਲਿਆ, ਸੋ ਪ੍ਰੋਜੈਕਟ ਨੂੰ ਵੀ ਬੜਾ ਪਿਆਰ ਮਿਲੂਗਾ ਫਿਲਮ ਨੂੰ। ਇਸੇ ਕਰਕੇ ਮੈਂ ਤਿਆਰੀ ਦੇ ਨਾਲ ਆਊਂਗਾ, ਪ੍ਰੋਪਰ ਤਿਆਰੀ ਦੇ ਨਾਲ। ਫਿਲਮ ਖਤਮ ਹੋ ਚੁੱਕੀ ਹੈ, ਤਾਂ ਅਨਮੋਲ ਜੀ ਕੀ ਕਹਿਣਾ ਫਿਲਮ ਦੇ ਬਾਰੇ? ਬਹੁਤ ਕਮਾਲ ਹੈ ਜੀ, ਔਰ ਲਹਿੰਦੇ ਪੰਜਾਬ ਦੀ ਅਤੇ ਚੜ੍ਹਦੇ ਪੰਜਾਬ ਦੀ ਕੈਮਿਸਟਰੀ ਬੜੀ ਪਿਆਰੀ ਲੱਗੀ, ਬਹੁਤ ਵਧੀਆ, ਰੀਅਲੀ ਗੁੱਡ। ਇਨ ਫਿਊਚਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਇੱਦਾਂ ਦੇ ਕਨਸੈਪਟ ਬਿਲਕੁਲ ਜੀ ਹੋਣੇ ਚਾਹੀਦੇ ਆ। ਸਾਡਾ ਪੰਜਾਬ ਬਲਕਿ ਦੋਨੋਂ ਪੰਜਾਬ ਢਾਈ ਢਾਈ ਪੰਜਾਬ ਇਕੱਠੇ ਹੋ ਕੇ, ਆਪ ਇਕੱਠੇ ਹੋ ਕੇ ਪੂਰਾ ਪੰਜਾਬ ਬਣਦਾ, ਔਰ ਪਰਮਾਤਮਾ ਕਰੇ ਇੱਦਾਂ ਹੀ ਹੋਵੇ ਅਤੇ ਦੋਨੋਂ ਪੰਜਾਬ ਇਕੱਠੀਆਂ ਫਿਲਮਾਂ ਕਰਿਆ ਕਰ। ਤੁਸੀਂ ਇਸ ਫਿਲਮ ਨੂੰ ਕਿੰਨੇ ਸਟਾਰ? ਮੈਂ ਜਿੰਨੇ ਵੀ ਤੁਸੀਂ ਕਹਿੰਦੇ ਉਨ੍ਹਾਂ 'ਚ ਉਦੋਂ ਦੁੱਗਣਾ ਹੀ ਦੇਊਂਗਾ, ਠੀਕ ਹੈ ਨਾ? ਜੇ 10 ਹੈ ਤਾਂ 20 ਸਟਾਰ। ਅਤੇ ਹੁਣ ਸਾਡੇ ਨਾਲ ਹੈਗੇ ਨੇ ਬੰਟੀ ਬੈਂਸ ਜੀ, ਸਰ ਬੱਦਲਾਂ ਤੋਂ ਪਾਰ ਕਰਾ ਦਿਓ ਫਿਰ। ਹਾਂਜੀ ਹਾਂਜੀ, ਬੱਦਲਾਂ ਦੇ ਕਾਲਜ 'ਚ ਅੱਗ ਲੱਗ ਗਈ, ਫਿਲਮ ਬਹੁਤ ਵਧੀਆ ਅਸੀਂ ਦੇਖ ਕੇ ਨਿਕਲੇ ਹਾਂ ਅਤੇ ਸਾਰਿਆਂ ਨੂੰ ਵਧੀਆ ਲੱਗੂਗੀ, ਤੁਸੀਂ ਵੀ ਦੇਖਣ ਜਾਓ ਜਿਹਨੇ ਨਹੀਂ ਵੇਖੀ ਅਜੇ, ਚੱਲ ਮੇਰਾ ਪੁੱਤ। ਅਤੇ ਜਿਹੜਾ ਗਾਣੇ ਦਾ ਕਨਸੈਪਟ ਸੀਗਾ ਨਾ ਐਂਡ 'ਚ, ਰੌਕਿੰਗ ਹੋ ਗਿਆ, ਕਿਉਂਕਿ ਸਟਾਰਟਿੰਗ 'ਚ ਆਪਾਂ ਨਾ ਸਾਰੀ ਫਿਲਮ ਦੇ ਵਿੱਚ ਚੱਲ ਮੇਰਾ ਪੁੱਤ ਲੈ ਰਿਹਾ, ਅਤੇ ਇੱਕ ਵੱਖਰਾ ਫਲੇਵਰ ਗਾਣੇ ਨੇ ਵੀ ਦੇ। ਹਾਂਜੀ ਹਾਂਜੀ, ਵਧੀਆ ਸੀ, ਫਿਰ ਐਂਡ 'ਚ ਨੱਚਣਾ ਵੀ ਸੀ ਖੁਸ਼ ਹੋ ਕੇ। ਤੁਹਾਨੂੰ ਇਸ ਫਿਲਮ ਦੇ ਬਾਰੇ ਤੁਸੀਂ ਕੀ ਕਹੋਗੇ, ਕਿਉਂਕਿ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਕਹਾਣੀ ਫਸਟ ਟਾਈਮ ਅਸੀਂ ਕਿਸੇ ਸਿਨੇਮਾ ਦੇ ਵਿੱਚ ਦੇਖੀ? ਬਹੁਤ ਵਧੀਆ, ਸਾਰਿਆਂ ਨੂੰ ਸਾਨੂੰ ਸੀਗਾ, ਸਾਨੂੰ ਆਪਣੇ ਆਪ ਨੂੰ ਵੀ ਸੀਗਾ, ਇੱਕ ਖੁਸ਼ੀ ਸੀ, ਇੱਕ ਅਲੱਗ ਚਾਅ ਸੀ, ਅਤੇ ਬੜਾ ਵਧੀਆ। ਜਿਵੇਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸੀਨ ਸ਼ੂਟ ਕੀਤੇ ਹੋਏ ਨੇ, ਅਤੇ ਉਹਨਾਂ ਨੂੰ ਦੇਖ ਕੇ ਵੀ ਬੜਾ ਇੱਦਾਂ ਸੀਗਾ ਵੀ ਧਿਆਨ ਨਾਲ ਵੇਖੀਏ ਕੀ ਹੈ ਪਿੱਛੇ। ਜਿਵੇਂ ਇੱਕ ਸੀਨ ਦੇ ਵਿੱਚ ਪਿੱਛੇ ਗੁਰਦੁਆਰਾ ਸਾਹਿਬ ਵੀ ਸੀ, ਅਤੇ ਅਸੀਂ ਆਪਸ 'ਚ ਗੱਲਾਂ ਕਰ ਰਹੇ ਸੀ, ਸਾਰੀਆਂ ਚੀਜ਼ਾਂ ਵੇਖ ਰਹੇ ਸੀ, ਵੀ ਸੋਹਣਾ ਲੱਗਦਾ। ਕਿੰਨੇ ਸਟਾਰਸ ਬੰਟੀ ਬੈਂਸ ਇਸ ਫਿਲਮ ਨੂੰ ਦੇ? ਕਿੰਨੇ 'ਚੋਂ? ਪੰਜ। ਥੈਂਕ ਯੂ ਸੋ ਮਚ ਫੋਰ ਟਾਕਿੰਗ। ਤੇ ਹੁਣ ਸਾਡੇ ਲੈ ਗਏ ਨੇ ਰਾਜ ਤਾਲੀਵਾਰ ਉਰਫ ਮਿਸਿਸ ਬੂਟਾ। ਮੈਂ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ। ਆਪਣੀ ਫਿਲਮ ਦੇਖ ਕੇ ਕਿੱਦਾਂ ਦਾ ਰਿਸਪੋਂਸ ਮਿਲ ਰਿਹਾ, ਕਿਉਂਕਿ ਵਿਊਅਰਸ ਬਹੁਤ ਸਪੋਰਟ ਕਰ ਰਹੇ ਨੇ? ਸੱਚੀ ਬਹੁਤ ਵਧੀਆ ਲੱਗ ਰਿਹਾ, ਮਤਲਬ ਲਾਈਕ ਹੁਣ ਮੋਰਨਿੰਗ ਤੋਂ ਮੈਂ ਆਈ ਨਹੀਂ, ਹੁਣ ਆਈ ਸੀ ਅਤੇ ਪੂਰਾ ਹਾਊਸ ਫੁੱਲ ਸੀਗਾ, ਔਰ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਮੋਰਨਿੰਗ ਦੇ ਮੈਸੇਜ ਭੇਜੇ ਆ ਤਾਂ ਉਹਨਾਂ ਨੇ ਬਹੁਤ ਗੁੱਡ ਕਿਹਾ ਸੀ, ਤਾਂ ਉਦੋਂ ਦਾ ਮੈਨੂੰ ਲੱਗ ਰਿਹਾ ਸੀ ਐਕਸਾਈਟਮੈਂਟ ਸੀ ਕਿ ਕਦੋਂ ਜਾਵਾਂ ਅਤੇ ਦੇਖਾਂ, ਭਾਵੇਂ ਚਾਰ ਹੀ ਸੀ ਨਾ, ਬਟ ਉਹ ਦੇਖ ਕੇ ਬਹੁਤ ਮਨ ਖੁਸ਼ ਹੋਇਆ। ਉੱਥੇ ਵੀ ਤੁਸੀਂ ਆਪਣੀ ਛਾਪ ਛੱਡੀ ਹੈ, ਕਿਉਂਕਿ ਥੋੜ੍ਹਾ ਆਪਣੇ ਵੋਇਸ ਟੈਕਸਚਰ 'ਚ ਤੁਸੀਂ ਫਰਕ ਲਿਆਉਣਾ ਹੈ ਨਾ ਆਪਣੇ ਐਕਸੈਂਟ 'ਤੇ, ਅਤੇ ਉਸ ਮੁਸਲਿਮ ਕਿਰਦਾਰ ਕਰਨਾ, ਇੱਕ ਅਲੱਗ ਛਾਪ ਛੱਡੀ ਹੈ ਤੁਸੀਂ? ਅੱਛੀ ਲੁੱਕ ਆਈ ਮੈਨੂੰ ਅੱਛਾ ਲੱਗ ਰਿਹਾ ਸੀ ਖੁਦ ਨੂੰ ਉੱਥੇ ਦੇਖਣਾ, ਮੈਨੂੰ ਲੱਗ ਰਿਹਾ ਸੀ ਸੱਚੀ ਮੁਸਲਿਮ ਮੈਂ ਲੱਗ ਰਹੀ ਹਾਂ। ਰਿਦਮ ਬੋਇਜ਼ ਐਂਟਰਟੇਨਮੈਂਟ ਜਦੋਂ ਵੀ ਆਉਂਦਾ ਹੈ ਕੁਛ ਵੱਖਰਾ ਲੈ ਕੇ ਆਉਂਦਾ, ਰਿਦਮ ਬੋਇਜ਼ ਐਂਟਰਟੇਨਮੈਂਟ ਦੀ ਫਿਲਮ ਦਾ ਹਿੱਸਾ ਬਣਨਾ ਇੱਕ ਪ੍ਰਾਊਡ ਮੂਮੈਂਟ ਹੈ। ਮੈਂ ਫਸਟ ਟਾਈਮ ਇਹਨਾਂ ਦਾ ਹਿੱਸਾ ਬਣੀ ਹਾਂ, ਪਹਿਲਾਂ ਮੈਂ ਲਾਹੌਰੀਏ ਮੈਂ ਕਿਸੇ ਕਾਰਨ ਕਰਕੇ ਨਹੀਂ ਕਰ ਸਕੀ ਸੀ, ਬਟ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹਨਾਂ ਦੀ ਫਿਲਮ ਦਾ ਹਿੱਸਾ ਹਾਂ, ਅਤੇ ਮੈਂ ਬਣਨਾ ਵੀ ਚਾਹੁੰਦੀ ਸੀਗੀ। ਜਦੋਂ ਮੈਨੂੰ ਆਫਰ ਆਈ ਸੀ ਮੈਂ ਨਾਲ ਦੀ ਨਾਲ ਕੁਛ ਨਹੀਂ ਪੁੱਛਿਆ, ਮੈਂ ਕਿਹਾ ਓਕੇ ਯੈਸ। ਪਤਾ ਲੱਗਿਆ ਕਿ ਮੁਸਲਿਮ ਕਿਰਦਾਰ ਹੈ, ਕਿੰਨੀਆਂ ਕੁ ਤਿਆਰੀਆਂ ਕਰਨੀਆਂ ਸ਼ੁਰੂ ਕਰ ਗਈਆਂ, ਅਤੇ ਕਿੰਨੇ ਕੁ ਨਾਟਕ ਨਸੀਰ ਔਰੰਗਜ਼ੇਬ ਤੇ ਗਾਰ ਠਾਕੁਰ ਦੇ ਦੇਖੇ? ਸੱਚੀ ਸੱਚੀ ਦੱਸਣਾ। ਨਹੀਂ, ਮੈਂ ਕੁਛ ਨਹੀਂ ਦੇਖਿਆ, ਕਿਉਂਕਿ ਮੈਨੂੰ ਮੁਸਲਿਮ ਕਰੈਕਟਰਸ ਵੈਸੇ ਹੀ ਬਹੁਤ ਅੱਛੇ ਲੱਗਦੇ ਆ। ਮੈਂ ਜ਼ਿਆਦਾਤਰ ਜਿਹੜੀ ਲੁੱਕ ਆਪਣੀ ਚਾਹੁੰਦੀ ਹੁੰਦੀ ਹਾਂ ਕਿ ਮੇਰੀ ਮੁਸਲਿਮ ਲੁੱਕ ਦਿਖਣੀ ਚਾਹੀਦੀ ਆ, ਅਤੇ ਮੈਂ ਗੈਟਅਪ ਵੀ ਉੱਦਾਂ ਦਾ ਰੱਖਦੀ ਹਾਂ। ਅਸੀਂ ਕੰਗ੍ਰੈਚੁਲੇਸ਼ਨਸ ਵਾਂਸ ਅਗੇਨ ਐਂਡ ਹੋਪ ਫੋਰ ਦ ਬੈਸਟ ਫਿਊਚਰ ਫੋਰ ਯੂ। ਥੈਂਕ ਯੂ ਸੋ ਮਚ, ਥੈਂਕ ਯੂ। ਹੁਣ ਸਾਡੇ ਨਾਲ ਹੈਗੇ ਨੇ ਜੀ ਜਰਨੈਲ ਸਿੰਘ ਜੀ। ਸਰ ਕਿਵੇਂ ਹੋ ਫਸਟ ਆਫ ਆਲ, ਅਤੇ ਕੰਗ੍ਰੈਚੁਲੇਸ਼ਨ, ਇੱਡੀ ਵੱਡੀ ਫਿਲਮ ਨੂੰ ਡਿਜ਼ਾਈਨ ਕਰਨਾ, ਇਟਸ ਨੋਟ ਅ ਈਜ਼ੀ ਟਾਸਕ। ਧੰਨਵਾਦ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬੀ ਆਡੀਅੰਸ ਦਾ ਬਹੁਤ ਧੰਨਵਾਦ, ਇੱਧਰਲੇ ਪੰਜਾਬ ਦੇ, ਉੱਧਰਲੇ ਪੰਜਾਬ ਦੀ, ਜਿਨ੍ਹਾਂ ਨੇ ਇਸ ਫਿਲਮ ਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਜੀ। ਹਾਂਜੀ, ਬਾਕੀ ਡਿਜ਼ਾਈਨ ਕੋਈ ਇੱਕ ਬੰਦਾ ਨਹੀਂ ਕਰਦਾ, ਪੂਰੀ ਟੀਮ ਕਰਦੀ ਹੈ ਜੀ, ਹੈ ਨਾ? ਉਹ ਜਿੱਦਾਂ ਕਹਿੰਦੇ ਵੀ ਇਕੱਲਾ ਇਕੱਲੇ ਤਾਂ ਉਂਗਲਾਂ ਵੱਖਰੀਆਂ, ਜਦੋਂ ਮੁੱਠੀ ਬਣਦੀ ਆ ਉਦੋਂ ਹੀ ਪਾਵਰ ਆਉਂਦੀ ਪੂਰੀ। ਸੋ ਟੀਮ ਨੇ ਕੰਮ ਕੀਤਾ ਜੀ। ਬਾਕੀ ਰਿਦਮ ਵੋਇਸ ਜਿਹੜੀ ਆ ਉਹਨਾਂ ਦੀ ਨਿਗਾਹ ਬਹੁਤ ਪਾਰਖੂ ਹੈ ਜੀ, ਉਹ ਕਈ ਸਕ੍ਰਿਪਟਾਂ ਵਿੱਚੋਂ ਇੱਕ ਸਕ੍ਰਿਪਟ ਕੱਢ ਕੇ ਲਿਆਉਂਦੇ ਨੇ, ਸੋ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਉਹਨਾਂ ਨੇ ਇਸ ਸਕ੍ਰਿਪਟ ਨੂੰ ਚੁਣਿਆ
ਇਦਾਂ ਦੀ ਸਕ੍ਰਿਪਟ ਆਉਂਦੀ ਹੈ ਜਿਹ 'ਚ ਦੋ ਮੁਲਕਾਂ ਦੀ ਗੱਲ ਹੋਵੇ ਔਰ ਖਾਸ ਕਰ ਇੰਡੀਆ ਅਤੇ ਪਾਕਿਸਤਾਨ ਦੀ, ਇਨਸਾਨ ਨੂੰ ਡਰ ਜ਼ਰੂਰ ਹੁੰਦਾ ਹੈ ਕਿਉਂਕਿ ਲੋਕ ਈਜ਼ੀਲੀ ਇੰਡੀਆ ਪਾਕਿਸਤਾਨ ਦੀ ਨਾ ਦੁਸ਼ਮਣੀ ਆਉਂਦੀ ਹੈ ਜਦ ਵੀ ਆਉਂਦੀ, ਭਾਵੇਂ ਕੋਈ ਮੈਚ ਹੋ ਜਾਵੇ, ਕ੍ਰਿਕਟ ਮੈਚ ਹੋਵੇ, ਬਟ ਫਿਲਮ ਨੂੰ ਅਸੈਪਟ ਕਰਨਾ ਔਰ ਪਰਮਾ ਹੁੰਗਾਰਾ ਫਿਲਮ ਨੂੰ ਮਿਲ ਰਿਹਾ ਹੈਗਾ, ਅਤੇ ਕਿਤੇ ਨਾ ਕਿਤੇ ਕੋਈ ਰਿਸਕ ਫੈਕਟਰ ਤਾਂ ਦਿਮਾਗ 'ਚ ਜ਼ਰੂਰ ਹੁੰਦਾ ਹੋਊਗਾ ਕਿ ਲੋਕ ਕੀ ਕਹਿਣਗੇ। ਦੇਖੋ ਜੀ, ਜਦੋਂ ਇਹ ਫਿਲਮ ਸ਼ੁਰੂ ਹੋਈ ਸੀ ਨਾ, ਉਦੋਂ ਇਸ ਫਿਲਮ ਦਾ ਨਾਂ ਕੁਛ ਹੋਰ ਸੀਗਾ, ਸੋ ਉੱਥੋਂ ਲੈ ਕੇ ਚੱਲ ਮੇਰਾ ਪੁੱਤ ਤੱਕ ਦਾ ਸਫ਼ਰ ਬਾਕੀ ਹੈ ਕਿ ਥੋੜ੍ਹੇ ਦਿਨਾਂ ਤੱਕ ਸ਼ਾਇਦ ਤੁਹਾਨੂੰ ਕੋਈ ਹੋਰ ਨਿਊਜ਼ ਮਿਲੇ। ਪੰਜਾਬੀ ਸਿਨੇਮੇ 'ਚ ਸਾਡੇ ਚਾਹੁਣ ਵਾਲੇ ਬਹੁਤ ਨੇ ਸਾਨੂੰ, ਅਤੇ ਉਹਨਾਂ ਨੇ ਕੁਛ ਇਹੋ ਜਿਹੀਆਂ ਵੀ ਚੀਜ਼ਾਂ ਕੀਤੀਆਂ ਕਿ ਫਿਲਮ ਨਾ ਹੀ ਆਵੇ 26 ਤਰੀਕ ਨੂੰ, ਪਰ ਉਹ ਕਹਿੰਦੇ ਨਾ ਕਿ ਬੇਹਿੰਮਤੇ ਜੋ ਘਰ ਵਿੱਚ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਅਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ, ਸੋ ਮਾਲਕ ਨੇ ਹੱਥ ਰੱਖਿਆ ਜੀ ਤਾਂ ਇਹ ਫਿਲਮ ਅੱਜ ਸਿਨੇਮੇ ਦੇ ਵਿੱਚ ਆ। ਪਰ ਮੈਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਕਹਿਣਾ ਚਾਹੂੰਗਾ ਜਿਨ੍ਹਾਂ ਨੇ ਜਨਵਰੀ ਤੋਂ ਲੈ ਕੇ ਅਤੇ ਕੱਲ੍ਹ ਰਾਤ ਤੱਕ ਇਸ ਫਿਲਮ ਨੂੰ ਕਿਸੇ ਨਾ ਕਿਸੇ ਤਰੀਕੇ ਬਸ ਨਾਲ ਜੁੜੇ ਰਹੇ, ਭਾਵੇਂ ਚੰਗੇ ਤਰੀਕੇ ਭਾਵੇਂ ਮਾੜੇ ਤਰੀਕੇ, ਪਰ ਇਹ ਆ ਵੀ ਮਾਲਕ ਨੇ ਬਹੁਤ ਹੱਥ ਦੇ ਕੇ ਰੱਖਿਆ ਜੀ। ਸਾਰੀ ਟੀਮ ਅਤੇ ਪੂਰੀ UK ਦੀ ਟੀਮ, ਇੰਡੀਆ ਦੀ ਟੀਮ ਮਿਹਨਤ ਬਹੁਤ ਕੀਤੀ, ਸਾਡੇ ਪ੍ਰੋਡਿਊਸਰਸ ਨੇ, ਮੈਨੂੰ ਲੱਗਦਾ ਨਹੀਂ ਕਿ ਕੋਈ ਪ੍ਰੋਡਿਊਸਰ ਇੰਨੀ ਮਿਹਨਤ ਕਰਦਾ ਹੋਊਗਾ, ਹੈ ਨਾ, 5-5 ਦਿਨ ਸੁੱਤੇ ਨਹੀਂ ਬੰਬੇ ਦੇ ਵਿੱਚ, ਬਟ ਇਹ ਵੀ ਅੱਜ ਮਾਲਕ ਨੇ ਉਹ ਮੁੱਲ ਮੋੜਿਆ ਸਾਨੂੰ ਜੀ। ਇਹ ਗੱਲ ਹੈ ਨਾ, ਜਦੋਂ ਚੱਲ ਮੇਰਾ ਪੁੱਤੀ ਅਨਾਊਂਸਮੈਂਟ ਹੋਈ, ਸਡਨ ਅਨਾਊਂਸਮੈਂਟ ਔਰ ਸਡਨ ਹੀ ਜਿਹਦੀ ਰਿਲੀਜ਼ ਡੇਟ ਆ ਗਈ ਕਿ 9 ਤਰੀਕ ਨੂੰ ਰਿਲੀਜ਼ ਹੋ ਰਹੀ ਹੈ, ਐਂਡ ਐਵਰੀਬਡੀ ਵਾਸ ਸ਼ੌਕਡ ਕਿ ਯਾਰ ਇੰਨੇ ਛੋਟੇ ਟਾਈਮ ਪੀਰੀਅਡ 'ਚ ਫਿਲਮ ਤਿਆਰ ਹੋਊਗੀ, ਸਾਰੀ ਉਹਨੂੰ ਡਾਇਰੈਕਸ਼ਨ ਹੋਊਗੀ, ਉਹਦੀ ਡਬਿੰਗ ਹੋਊਗੀ, ਕਿੱਦਾਂ ਹੋਊਗਾ? ਇਹ ਨਾ ਇਹੀ ਤਾਂ ਇੱਕ ਚੈਲੇਂਜ ਸੀਗਾ ਜੀ, ਇਸ ਵਾਰ ਇਹੀ ਚੈਲੇਂਜ ਸੀਗਾ ਕਿ ਡੇਟ ਜਿਹੜੀ ਅਨਾਊਂਸ ਕਰ ਬੈਠੇ ਸੀਗੇ, ਅਤੇ ਉੱਧਰੋਂ ਵੀਜ਼ੇ ਦੀ ਪ੍ਰੋਬਲਮ ਸੀਗੀ, ਕਿਤੇ ਵੈਦਰ ਦੀ ਪ੍ਰੋਬਲਮ, 20 ਦਿਨ ਤਾਂ UK 'ਚ ਮੀਂਹ ਪੈਂਦਾ ਰਿਹਾ, ਸੋ ਮਤਲਬ ਸ਼ੂਟਿੰਗ ਖਤਮ ਹੋਈ ਆ, ਕਿਸੇ ਨੂੰ ਨਹੀਂ ਪਤਾ ਹੋਣਾ, ਸ਼ੂਟਿੰਗ ਖਤਮ ਹੋਈ ਆ 13 ਤਰੀਕ ਨੂੰ, ਆਹ 13 ਜੁਲਾਈ ਨੂੰ ਸ਼ੂਟ ਖਤਮ ਹੋਇਆ UK ਦਾ, ਅਤੇ 17 ਜੁਲਾਈ ਨੂੰ ਸ਼ੂਟ ਖਤਮ ਹੋਇਆ ਵੇਖਿਆ ਇੱਥੋਂ ਦਾ, ਹੈ ਨਾ, ਜਿਹੜੇ ਪੈਚਿਸ ਸੀਗੇ। ਸੋ ਫਿਰ ਵੀ ਫਿਲਮ ਸਿਨੇਮੇ 'ਚ ਆ, ਇਹ ਅਸੀਂ ਤਾਂ ਇਹੀ ਕਹਾਂਗੇ ਵੀ ਰੱਬ ਦੀ ਮਿਹਰ ਹੀ ਹੈ ਜੀ। ਇੰਨੇ ਸ਼ਾਰਟ ਪੀਰੀਅਡ 'ਚ ਜਿਵੇਂ 17 ਨੂੰ ਖਤਮ ਹੋਈ ਹੈ, ਕਿਹੜੇ ਵੇਲੇ ਐਡੀਟਿੰਗ ਹੋਈ, ਕਿਹੜੇ ਵੇਲੇ ਡਬਿੰਗ ਹੋਈ ਔਰ ਫਾਈਨਲ ਚੈੱਕ ਹੋਇਆ, ਗ੍ਰੇਟ, ਯੂ ਹੈਵ ਡਨ ਅ ਬ੍ਰਿਲੀਅੰਟ ਜੋਬ। ਸਾਰੀ ਟੀਮ ਨੂੰ ਅਸੀਂ ਸਾਰੀ ਟੀਮ ਦੀ ਮਿਹਨਤ ਹੈ ਜੀ ਬਸ ਇਹਦੇ, ਸਾਰੀ ਟੀਮ ਨੂੰ ਬਲੇਸਿੰਗਸ ਦਿੰਦੇ ਹਾਂ ਕਿ ਇੱਦਾਂ ਹੀ ਡੱਟ ਕੇ ਕੰਮ ਚੱਲਦਾ ਰਹੇ ਅਤੇ ਸੋਹਣੀਆਂ ਫਿਲਮਾਂ ਆਉਂਦੀਆਂ ਰਹਿਣ, ਜਿਹੜੇ ਦੋ ਦੇਸ਼ਾਂ ਨੂੰ ਮਿਲਾ ਦੇ, ਲੋਕ ਹਾਰ ਜਾਣ ਅਤੇ ਜਿਹੜੇ ਦੁੱਖ ਤੋੜਨ ਨੂੰ ਲੱਗੇ ਉਹ ਹਾਰ ਜਾਣ ਅਤੇ ਲੋਕ ਹੀ ਜੇ ਜੀ। ਇਹ ਦੋ ਪੰਜਾਬ ਨਹੀਂ, ਮੈਂ ਤਾਂ ਕਿਹਾ ਵੀ ਹੁਣ ਆਪਾਂ ਕਿਆ ਕਰਾਂਗੇ ਵੀ ਪੰਜਾਬ ਦੇ ਕਲਾਕਾਰ ਉੱਧਰਲੇ ਵੀ ਅਤੇ ਇੱਧਰਲੇ ਵੀ ਹੁਣ ਇੱਕੋ ਪੰਜਾਬ ਦੇ ਕਲਾਕਾਰ ਨੇ, ਠੀਕ ਆ, ਮੁਲਕ ਅੱਡ ਅੱਡ ਨੇ ਪਰ ਪੰਜਾਬ ਤਾਂ ਇੱਕ ਹੀ ਹੈ ਜੀ। ਸਾਨੂੰ ਇੱਕ ਨਵੇਂ ਰਾਹ ਅਤੇ ਤੁਸੀਂ ਨਵੇਂ ਪੱਧਰ 'ਤੇ ਲੈ ਕੇ ਗਏ ਹੋ, ਉਹਦੇ ਲਈ ਬੈਸਟ ਵਿਸ਼ਿਸ ਹੈ ਸਾਡੇ ਚੈਨਲ ਵੱਲੋਂ ਤੁਹਾਨੂੰ ਹਮੇਸ਼ਾ ਰਹੂਗੀ, ਐਂਡ ਆਲ ਦ ਬੈਸਟ ਐਂਡ ਕੰਗਰੈਚੁਲੇਸ਼ਨਸ ਫੋਰ ਦ ਫਿਊਚਰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਤਾਂ ਤੁਸੀਂ ਸਾਰਿਆਂ ਨੇ ਚੱਲ ਮੇਰਾ ਪੁੱਤ ਦੀ ਸਕਰੀਨਿੰਗ 'ਤੇ ਇੰਜੋਏ ਕਰ ਲਈ ਹੋਣੀ, ਅਤੇ ਵੈਲ ਹਰੀਸ਼ ਵਰਮਾ, ਕਰਮਜੀਤ ਅਨਮੋਲ, ਅਮਰਦੀਪ, ਗੁਰਸ਼ਬਦ ਨੇ ਤਾਂ ਯਾਰ ਬਾਕਮਾਲ ਐਕਟਿੰਗ ਕੀਤੀ ਹੈ ਫਿਲਮ ਦੇ ਵਿੱਚ, ਅਤੇ ਬੰਟੀ ਬੈਂਸ ਅਤੇ ਮਹਿਤਾਬ ਵਿਰਕ, ਤੁਹਾਨੂੰ ਸਾਰਿਆਂ ਨੇ ਦੱਸ ਦਿੱਤਾ ਕਿ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ, ਅਤੇ ਉਹਨਾਂ ਨੇ ਫਿਲਮ ਨੂੰ ਨਾ ਟੌਪ ਦੇ ਸਟਾਰਸ ਦਿੱਤੇ ਨੇ। ਹੁਣ ਕਿੰਨੇ ਸਟਾਰਸ ਦਿੱਤੇ ਨੇ ਤੁਸੀਂ ਇੰਟਰਵਿਊ ਦੇਖੋ, ਤੁਹਾਨੂੰ ਪਤਾ ਲੱਗ ਜਾਊਗਾ, ਅਤੇ ਅੱਜ ਲਈ ਇੰਨਾ ਹੀ, ਜਲਦੀ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਨਾਲ, ਅਤੇ ਗਾਇਨ ਮਾਜਰੂ ਦੀ ਇਜਾਜ਼ਤ, ਅਤੇ ਤੁਸੀਂ ਕੀ ਕਰਨਾ, ਤੁਸੀਂ ਦੇਖਣਾ ਸਾਡਾ ਚੈਨਲ ਦੇਸੀ ਚੈਨਲ। ਬਾਏ ਬਾਏ।